அருமை அம்ருத் ஆன நிசாரே. அம்ருத் ஆன நிசார அம்ருத் ஆன நிசார கிசுர் கிசுர் பூம் பார்த்தாரே பிரபு
खबर न जाने भोर भया भोर भया बहुत पछता प्रभु मिलवे
नानक मेले सृजन हार नानक मेले सृजन हार ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਨਾ, ਜਦੋਂ ਕੋਈ
ਵਿਪਤਾ ਆਉਂਦੀ ਹੈ, ਜਦੋਂ ਕੁਝ ਵਿਗੜਦਾ ਹੈ, ਜਦੋਂ ਕੋਈ ਘਾਟਾ ਪੈਂਦਾ ਹੈ, ਉਦੋਂ ਹੋਰ ਕਿਸੇ ਨੂੰ ਦੋਸ਼ ਨਾ ਝੱਲੇ ਕੋਈ, ਤਾਂ ਫਿਰ ਕਹਿੰਦਾ ਚਲੋ ਮਾਲਕ ਦੀ ਰਜ਼ਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਭਾਣੇ ਸ਼ਬਦ 'ਤੇ ਬੋਲ ਰਿਹਾ ਸਾਂ, ਦੁਨੀਆਂ ਦੇ ਲੋਕਾਂ ਨੇ ਭਾਣੇ ਸ਼ਬਦ ਨੂੰ ਬਦਨਾਮ ਕਰ ਦਿੱਤਾ। ਜਦੋਂ ਕੁਝ ਵਿਗੜ ਜਾਏ, ਜਦੋਂ ਕੋਈ ਨੁਕਸਾਨ ਹੋ ਜਾਏ, ਕਹਿੰਦੇ ਨੇ ਚਲੋ ਉਹਦਾ ਭਾਣਾ ਮੰਨੋ, ਹੈਂ ਉਹਦਾ ਭਾਣਾ। ਅਤੇ ਭਾਣੇ ਦਾ ਅਰਥ ਹੈ ਮਰਜ਼ੀ, ਜਿਹੜੀ ਚੀਜ਼ ਭਾਉਂਦੀ ਹੋਵੇ। ਸਤਿਗੁਰੂ ਨੇ ਬਾਣੀ ਵਿੱਚ ਭਾਣੇ ਸ਼ਬਦ ਨੂੰ ਬੜਾ ਪਿਆਰ ਕੀਤਾ। ਉਹਨੇ ਤੇ ਇੱਥੋਂ ਤੱਕ ਆਖ ਦਿੱਤਾ ਹੈ ਕਿ ਭਾਣੇ ਜੇਬਡ ਹੋਰ ਦਾਤ ਨਾਹੀਂ। ਭਾਣਾ ਤੇ ਏਡੀ ਰਹਿਮਤ ਹੈ ਜਿਹਨੂੰ ਮਿਲ ਜਾਏ, ਭਾਣੇ ਜੇਬਡ ਹੋਰ ਦਾਤ ਨਾਹੀਂ, ਭਾਣੇ ਜਿੱਡੀ ਹੋਰ ਦਾਤ ਹੀ ਕੋਈ ਨਹੀਂ। ਤੇ ਮੈਂ ਕੀਤੀ ਸੀ ਕਿਹੜੀ ਅਜੀਬ ਗੱਲ ਹੈ, ਮਨੁੱਖ ਨੇ ਪਾਣੀ ਨੂੰ ਬਦਨਾਮ ਕਰ ਦਿੱਤਾ। ਮੈਂ ਐਗਜ਼ਾਮਪਲ ਦਿੱਤੀ ਸੀ, ਜਦੋਂ ਕਿਸੇ ਦੇ ਘਰ ਵਿੱਚ ਮੌਤ ਹੋ ਜਾਏ ਕਿ ਕੋਈ ਜੀਵ ਵਿਛੜ ਜਾਏ, ਲੋਕ ਆਖਦੇ ਨੇ ਚਲੋ ਰੱਬ ਦਾ ਭਾਣਾ ਮੰਨੋ। ਮੈਂ ਕਿਹਾ ਜਿਸ ਦਿਨ ਉਹ ਬੱਚੇ ਨੇ ਜਨਮ ਲਿਆ ਸੀ ਉਦੋਂ ਤਾਂ ਨਹੀਂ ਕਿਹਾ ਸੀ ਰੱਬ ਦਾ ਭਾਣਾ ਜਨਮ ਲੈ ਲਿਆ ਸੀ? ਜਨਮ ਵੇਲੇ ਕੋਈ ਨਹੀਂ ਕਹਿੰਦਾ ਭਾਣਾ ਵਰਤ ਗਿਆ, ਮੌਤ ਵੇਲੇ ਕਹਿੰਦਾ ਭਾਣਾ ਵਰਤ ਗਿਆ, ਕਿਉਂਕਿ ਭਾਣੇ ਨੂੰ ਇਹਦਾ ਮਤਲਬ ਰੱਬ ਨੂੰ ਤੇਰੇ ਪਰੇਸ਼ਾਨੀਆਂ ਤੇਰੇ ਦੁੱਖ ਹੀ ਚੰਗੇ ਲੱਗਦੇ ਨੇ। ਭਾਣੇ ਦਾ ਅਰਥ ਤਾਂ ਹੈ ਭਾਜਾ, ਜਿਹੜੀ ਚੀਜ਼ ਚੰਗੀ ਲੱਗਦੀ ਹੈ, ਰੱਬ ਦਾ ਭਾਣਾ, ਰੱਬ ਨੂੰ ਚੰਗੀ ਲੱਗਣ ਵਾਲੀ ਕੋਈ ਚੀਜ਼। ਰੱਬ ਨੂੰ ਤੇਰੇ ਨਾਲ ਕੋਈ ਦੁਸ਼ਮਣੀ ਹੈ, ਰੱਬ ਤੇਰਾ ਵੈਰੀ ਹੈ, ਤੇਰੇ ਦੁੱਖਾਂ ਨੂੰ ਵੇਖ ਕੇ ਹੀ ਖੁਸ਼ ਹੁੰਦਾ, ਉਹਨੂੰ ਉਹੀ ਭਾਉਂਦਾ। ਰਾਤ ਦੇ ਸਬਜੈਕਟ ਨੂੰ ਅੱਗੇ ਤੋਰਨਾ ਚਾਹੁੰਦਾ ਸਾਂ। ਮਨੁੱਖ ਜਦੋਂ ਕੋਈ ਦੁੱਖ ਆਉਂਦਾ ਹੈ, ਜਦੋਂ ਕੋਈ ਨੁਕਸਾਨ ਘਾਟਾ ਪੈਂਦਾ ਹੈ, ਤਾਂ ਉਹਦਾ ਦੋਸ਼ ਰੱਬ ਤੇ ਮਾਲਕ ਤੇ ਦਿੰਦਾ। ਰਾਤ ਦੇ ਸਲੋਕ ਵਿੱਚ ਬਾਬਾ ਕਬੀਰ ਜੀ ਨੇ ਇਸ ਗੱਲ ਨੂੰ ਕਲੀਅਰ ਕੀਤਾ ਸੀ ਕਿ ਨਿਰਾ ਰੱਬ ਤੇ ਗੁਰੂ ਤੇ ਦੋਸ਼ ਦੇਣਾ ਕੋਈ ਵਾਜਬ ਹੈ? ਤੇ ਬਾਬਾ ਕਬੀਰ ਜੀ ਨੇ ਇਹ ਲਫ਼ਜ਼ ਵਰਤੇ ਸਨ, ਸਤਿਗੁਰੂ ਸਾਚਾ ਕਿਆ ਕਰੇ ਜੋ ਸਿੱਖਾਂ ਮੈਂ ਚੋਕ। ਤੂੰ ਆਪਣੇ ਅੰਦਰ ਵੀ ਤੂੰ ਵੇਖ, ਗਲਤੀ ਤੇਰੀ ਹੈ, ਚੂਕ ਤੇਰੀ ਹੈ ਕਿ ਤੇਰੇ ਗੁਰੂ ਦੀ? ਜੇ ਹੁਣ ਤੱਕ ਤੂੰ ਭੁੱਲਿਆ ਹੋਇਆ, ਜੇ ਤੂੰ ਮਾਲਕ ਤੋਂ ਵਿਛੜ ਗਿਆ, ਜੇ ਤੂੰ ਦੁੱਖਾਂ ਵਿੱਚ ਪੈ ਗਿਆ, ਤੇ ਇਹ ਨਾ ਸਮਝੇ ਸਤਿਗੁਰੂ ਦਾ ਭਾਣਾ, ਗੁਰੂ ਦਾ ਭਾਣਾ, ਉਹਦੀ ਰਜ਼ਾ, ਆਪਣੀ ਚੂਕ ਵੱਲ ਧਿਆਨ ਦੇ, ਆਪਣੀ ਚੂਕ ਵੱਲ। ਲੋ ਹੁਣ ਮੈਂ ਜ਼ਰਾ ਅੱਜ ਦੇ ਸ਼ਬਦ ਵੱਲ ਵਧਾ, ਇਸ ਥੀਮ ਯਾਦ ਰੱਖਿਓ ਕਿ ਮਨੁੱਖ ਆਪਣੇ ਅੰਦਰ ਝਾਤ ਮਾਰੇ, ਗੁਰੂ ਨੂੰ ਜਾਂ ਰੱਬ ਨੂੰ ਦੋਸ਼ ਨਾ ਦੇ। ਸਤਿਗੁਰੂ ਸਾਚਾ ਕਿਹਾ ਕਰੇ ਜੋ ਸਿੱਖਾਂ ਮੈਂ ਚੂਕ। ਹੁਣ
ਅੱਜ ਸਤਿਗੁਰੂ ਨੇ ਬਾਣੀ ਵਿੱਚ ਇੱਕ ਸਿਆਲ ਕਹਿਣ ਲੱਗੇ, ਅੰਮ੍ਰਿਤ ਆਣ ਨਿਸਾਰਿਓ। ਉਹਨੇ ਤਾਂ ਤੇਰੇ ਘਰ ਵਿੱਚ ਤੇਰੇ ਹੱਥ ਵਿੱਚ ਅੰਮ੍ਰਿਤ ਦੀ ਦਾਤ ਦੇ ਦਿੱਤੀ, ਤੇਰੀ ਝੋਲੀ ਅੰਮ੍ਰਿਤ ਪਾਇਆ, ਗੁਣ ਵੀ ਅੰਮ੍ਰਿਤ ਨੇ, ਚਿਆਈਆਂ ਵੀ ਅੰਮ੍ਰਿਤ ਨੇ, ਇੱਥੇ ਬਸ ਨਹੀਂ, ਇਹ ਮਨੁੱਖਾ ਜਨਮ ਵੀ ਇੱਕ ਅੰਮ੍ਰਿਤ ਹੈ, ਕਿਉਂਕਿ ਇਹਦੇ ਵਿੱਚ ਮਨੁੱਖ ਅਮਰ ਹੋ ਸਕਦਾ। ਅੰਮ੍ਰਿਤ ਉਹੀ ਹੈ ਨਾ ਜਿਹਦੇ ਵਿੱਚ ਅਮਰ ਹੋ ਜਾਏ। ਮਨੁੱਖਾ ਜਨਮ ਵੀ ਅੰਮ੍ਰਿਤ ਹੈ ਜਿਹੜਾ ਮਾਲਕ ਨੇ ਤੇਰੀ ਝੋਲੀ ਪਾਇਆ ਹੈ। ਜੇ ਤੂੰ ਚਾਹੇ ਤਾਂ ਇਹਦੇ ਵਿੱਚ ਅਮਰ ਹੋ ਸਕਣਾ। ਇਹੋ ਜਿਹੇ ਕਰਮ ਕਰ, ਇਹੋ ਜਿਹੀਆਂ ਚੰਗਿਆਈਆਂ ਕਰ, ਇਹੋ ਜਿਹੀਆਂ ਨੇਕੀਆਂ ਕਰ ਕਿ ਲੋਕ ਆਖਣ ਫਲਾਣਾ ਤਾਂ ਅਮਰ ਹੋ ਗਿਆ। ਕਹਿੰਦੇ ਨੇ, ਅੱਜ ਵੀ ਕਹਿੰਦੇ ਨੇ, ਜਿਹੜਾ ਜਿਹਦੇ ਕਰਮ ਜਿਹਦਾ ਜੀਵਨ ਸ਼ੈਲੀ ਮਨੁੱਖਾਂ ਨੂੰ ਲੋਕਾਂ ਨੂੰ ਬਹੁਤ ਪਸੰਦ ਹੋਵੇ, ਉਹ ਕਹਿੰਦੇ ਨੇ ਨਹੀਂ ਉਹ ਤਾਂ ਅਮਰ ਹੋ ਗਿਆ। ਹੈ ਤਾਂ ਮਤਲਬ ਜੀਵਨ ਵਿੱਚ ਕੀਤੇ ਹੋਏ ਕੰਮ ਅਮਰ ਕਰ ਸਕਦੇ ਨੇ, ਇਸ ਲਈ ਜਿਹਨੇ ਜੀਵਨ ਦਿੱਤਾ ਉਹਨੇ ਤੈਨੂੰ ਅੰਮ੍ਰਿਤ ਦਿੱਤਾ, ਲੈ ਇਹਨੂੰ ਪੀ, ਇਹਨੂੰ ਇਹਦੇ ਵਿੱਚ ਚੰਗਿਆਈਆਂ ਕਰ, ਤੂੰ ਅਮਰ ਹੋ ਜਾਏਗਾ। ਕਰ ਮੈਂ ਅੰਮ੍ਰਿਤ ਆਣ ਨੇ ਸਾਰੇ, ਉਹਦਾ ਕੀ ਗੁਨਾਹ ਹੈ? ਜੇ ਖਿਸਰ ਗਏ ਹੋ ਕਿਸੇ ਦੇ ਬੁੱਕ ਵਿੱਚ ਅੰਮ੍ਰਿਤ ਪਾ ਦੇਵੇ, ਉਹਦੇ ਕੋਲ ਸੰਭਾਲ ਨਾ ਹੋਵੇ, ਜੋ ਸਿੱਖਾਂ ਮੈਂ ਚੂਕ, ਅਸੀਂ ਆਪਣੇ ਵੱਲ ਡੇਗਾ ਮਾਰੀਏ। ਸਾਡੇ ਵਿੱਚ ਕਿਹੜੀ ਕਮਜ਼ੋਰੀ ਹੈ ਕਿ ਗੁਰੂ ਦੀ ਬਖਸ਼ਿਸ਼ ਅਸੀਂ ਸੰਭਾਲ ਨਹੀਂ ਸਕਦੇ? ਲਓ ਮੈਂ ਇਸ ਪਾਸੇ ਵਧਣਾ ਚਾਹੁੰਦਾ ਜ਼ਰਾ ਹੋਰ। ਕਰ ਮੈਂ ਅੰਮ੍ਰਿਤ ਆਣ ਨਿਸਾਰਿਓ। ਮਾਲਕ ਨੇ, ਗੁਰੂ ਨੇ ਤਾਂ ਗੁਣਾਂ ਦਾ ਅੰਮ੍ਰਿਤ ਤੇਰੇ ਬੁੱਕ ਵਿੱਚ ਦੇ ਦਿੱਤਾ, ਪਰ ਤੂੰ ਉਂਗਲਾਂ ਹੀ ਨਹੀਂ ਇਕੱਠੀਆਂ ਕਰ ਸਕਿਆ। ਅੱਜ ਤੱਕ ਇੱਕ ਉਂਗਲ ਨਾਲ ਦੂਜੀ ਉਂਗਲ ਨਹੀਂ ਮਿਲ ਰਹੀ। ਹੁਣ ਬੁੱਕ ਵਿੱਚ ਅਮੈਕ ਵਾਰ ਕੀ ਤੁਸੀਂ ਬਹੁਤ ਦੇਰ ਹੋ ਗਈ ਕਿ ਅੰਮ੍ਰਿਤ ਸੰਚਾਰ ਵੇਲੇ ਕਿਉਂ ਨਹੀਂ ਕਿਸੇ ਸੋਨੇ ਦੇ ਕਿਸੇ ਹੋਰ, ਜਾਂ ਚਲੋ ਸੋਨੇ ਦੇ ਨਾ ਸਹੀ, ਜਿਹੜੇ ਅੱਜ ਕੱਲ੍ਹ ਇੱਕ ਭਰਮ ਵਿੱਚ ਪਾਇਆ ਗਿਆ, ਸਰਬਲੋਹ ਦੇ ਬਾਟੇ 'ਚ ਤਿਆਰ, ਅਤੇ ਸਰਬਲੋਹ ਦੇ ਬਾਟਾ ਹੀ ਰੱਖ ਲੈਂਦੇ ਵੀ ਉਹਦੇ ਵਿੱਚ ਹੀ ਛਕਾ ਦਿਓ ਤਾਂ ਕਿ ਡੁੱਲੇ ਨਾ। ਕਦੀ ਮੈਂ ਇਸ ਵਿਸ਼ੇ 'ਤੇ ਇੱਕ ਦਿਨ ਬਹੁਤ ਦੇਰ ਪਹਿਲੇ ਬੋਲਦਿਆਂ ਗੱਲ ਕਹੀ ਸੀ ਕਿ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ ਉਸ ਟਾਈਮ 'ਤੇ ਓਕ ਵਿੱਚ ਅੰਮ੍ਰਿਤ ਛਕਾਉਂਦੇ ਨੇ, ਪਰ ਥੱਲੇ ਇੱਕ ਬਾਟਾ ਰੱਖ ਲੈਂਦੇ ਨੇ। ਕਦੀ ਵੇਖਿਓ ਜਿਨ੍ਹਾਂ ਵੀਰੋਂ ਭੈਣਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਉਸ ਨਜ਼ਾਰੇ ਦਾ ਪਤਾ ਹੋਣਾ, ਥੱਲੇ ਇੱਕ ਬਾਟਾ ਰੱਖ ਲੈਂਦੇ ਤਾਂ ਕਿ ਜੇ ਕੋਈ ਬੂੰਦ ਡਿੱਗੇ ਓਕ ਵਿੱਚੋਂ ਤਾਂ ਉਹਦੀ ਬੇਅਦਬੀ ਨਾ ਹੋਵੇ, ਉਹ ਜ਼ਾਇਆ ਨਾ ਜਾਵੇ, ਉਹ ਉਸ ਬਾਟੇ ਵਿੱਚ ਇਕੱਠੀ ਹੁੰਦੀ ਜਾਏ। ਅਤੇ ਜਦੋਂ ਉਹ ਛਕ ਲੈਂਦਾ ਨਾ ਅੰਮ੍ਰਿਤ, ਉਸ ਤੋਂ ਬਾਅਦ ਕਹਿੰਦੇ ਨੇ ਹੁਣ ਇਹ ਬਾਟੇ ਵਾਲੀ ਜਿਹੜੀ ਡੁੱਲੀ ਹੋਈ ਹੈ ਕੋਈ ਬੂੰਦਾ ਉਹ ਮੂੰਹ ਲਾ ਕੇ ਪੀ ਲੈ, ਵੇਖ ਲਿਓ। ਮੈਂ ਕਿਹਾ ਇਹ ਮਰਿਆਦਾ ਕਿਉਂ ਬਣਾਈ, ਭਾਵੇਂ ਸੰਸਾਰਿਕ ਤੌਰ 'ਤੇ ਮਨੁੱਖਾਂ ਨੇ ਕਿਉਂ ਬਣਾਈ? ਉਹਦਾ ਮਤਲਬ ਇਹੋ ਸੀ ਕਿ ਹੱਥ ਵਿੱਚੋਂ ਜੇ ਕੋਈ ਬੂੰਦਾਂ ਡਿੱਗਣ ਤਾਂ ਉਹ ਜ਼ਾਇਆ ਨਾ ਜਾਣ, ਅਤੇ ਜੇ ਉਹ ਸਮਝਦੇ ਨੇ ਹੱਥ ਵਿੱਚੋਂ ਡਿੱਗ ਸਕਦੀਆਂ ਨੇ ਫਿਰ ਬਾਟੇ ਵਿੱਚ ਹੀ ਕਿਉਂ ਛਕਾ ਦਿੱਤੇ ਨਾਲ ਛਕਾ ਦਿੱਤਾ? ਇਸ ਸੰਬੰਧੀ ਬੋਲ ਰਿਹਾ ਸੀ, ਹੱਥ ਵਿੱਚ ਕਿਉਂ ਛਕਾਇਆ? ਜਿਨ੍ਹਾਂ ਨੇ ਇਹ ਮਰਿਆਦਾ ਬਣਾਈ ਉਹਨਾਂ ਨੇ ਸੋਚ ਸਮਝ ਕੇ, ਬਹੁਤ ਚੰਗੀਆਂ ਕੁਝ ਗੱਲਾਂ ਵੀ ਨੇ ਜਿਹੜੀਆਂ ਭਾਵੇਂ ਸੰਸਾਰਿਕ ਮਰਿਆਦਾ ਵਿੱਚ ਨੇ, ਉਹਨਾਂ ਬਿਨਾਂ ਵੀ ਸਰ ਸਕਦਾ, ਪਰ ਉਹਦਾ ਕੁਛ ਕਾਰਨ ਜਿਹੜੀਆਂ ਚੰਗਿਆਈਆਂ ਨੇ ਉਹਨੂੰ ਉਹਦੇ 'ਤੇ ਸਾਨੂੰ ਕੋਈ ਕ੍ਰਿਟੀਸਾਈਜ਼ ਕਰਨਾ ਵੀ ਨਹੀਂ ਚਾਹੀਦਾ। ਉਹ ਇਸ ਲਈ ਤਾਂ ਕਿ ਅੰਮ੍ਰਿਤ ਛਕਣ ਵਾਲੇ ਨੂੰ ਅੰਮ੍ਰਿਤ ਦੀ ਸੰਭਾਲ ਦੀ ਸਰੀਰਕ ਤੌਰ 'ਤੇ ਸੰਭਾਲ ਦੀ ਆਦਤ ਸੁਭਾਅ ਵੀ ਬਣ ਜਾਏ। ਇਹ ਨਾ ਹੋਵੇ ਉੱਥੇ ਹੀ ਉਂਗਲਾਂ ਖਿਲਾਰੀ ਰੱਖੇ, ਉਹਨੂੰ ਪਤਾ ਹੀ ਨਾ ਹੋਵੇ ਉਹ ਕਿਵੇਂ ਕਰਨਾ ਜਿਹਦੇ ਵਿੱਚ ਅੰਮ੍ਰਿਤ ਛਕਾਇਆ ਜਾਣਾ। ਉਹ ਕਦਾ ਮਤਲਬ ਹੈ ਇਹੋ ਜਿਹਾ
ਸਤਿਗੁਰੂ ਨੇ ਬਾਣੀ ਵਿੱਚ ਉਹ ਸ਼ਬਦ ਵਰਤਿਆ, ਬਾਬਾ ਕਬੀਰ ਜੀ ਨੇ ਵਰਤਿਆ, ਛਿਣ ਛਿਣ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਉ ਪਾਣੀਓ ਨਾ ਪਾਵੇ। ਜਦੋਂ ਬੁਢੇਪਾ ਆ ਜਾਏ, ਜੇ ਭਲਾ ਤੇਰੇ ਕੋਲ ਬਰਤਨ ਨਾ ਹੋਣ, ਤੈਨੂੰ ਪਿਆਸ ਲੱਗੀ ਹੋਵੇ ਤੇ ਹੱਥ ਕਰਕੇ ਇਉਂ ਕਰਕੇ ਆਖੇ ਮੇਰੇ ਓਕ ਵਿੱਚ ਹੀ ਕੋਈ ਪਾਣੀ ਪਾ ਦਿਓ, ਉਹ ਵੀ ਪਾਉਣ ਵਾਲਾ ਕਈ ਵਾਰੀ ਕੋਈ ਨਹੀਂ ਹੁੰਦਾ, ਤਬ ਤੇਰੀ ਓਕ ਕੋਉ ਪਾਣੀਓ ਨਾ ਪਾਵੇ। ਤੋ ਓਕ ਦਾ ਅਰਥ ਹੈ ਦੋ ਹੱਥਾਂ ਤੇ ਕੋਈ ਚੀਜ਼ ਲੈਣੀ। ਪੁਰਾਣੇ ਸਮੇਂ ਅੰਦਰ ਹੱਥਾਂ ਨੂੰ ਵੀ ਪੱਤ ਰੱਖਿਆ ਜਾਂਦਾ ਸੀ, ਕਿਉਂਕਿ ਉਦੋਂ ਪ੍ਰਸ਼ਾਦੇ ਵੀ ਹੱਥਾਂ 'ਤੇ ਦਿੱਤੇ ਜਾਂਦੇ ਸਨ, ਦਾਲੇ ਵੀ ਉਹਦੇ 'ਚ ਪਾਏ ਜਾਂਦੇ ਸਨ, ਪਾਣੀ ਵੀ ਓਕ ਨਾਲ ਪੀਣ ਦਾ ਸੁਭਾਅ ਸੀ। ਇਹ ਸਾਰੀਆਂ ਚੀਜ਼ਾਂ ਇੱਕ ਖਿਆਲ ਕਰਿਓ, ਪਰ ਇਹਨਾਂ ਦੇ ਪਿੱਛੇ ਇੱਕ ਚੀਜ਼ ਚੰਗਿਆਈ ਸੀ, ਉਹ ਇਹ ਕਿ ਉਹ ਸਾਰੀਆਂ ਵਸਤੂਆਂ ਜਿਹੜੀਆਂ ਨੇ ਉਹਨਾਂ ਨੂੰ ਸੰਭਾਲਣ ਦਾ ਸੁਭਾਅ ਬਣਿਆ ਹੁੰਦਾ ਸੀ। ਜਿਹਨੇ ਓਕ ਵਿੱਚ ਪਾਣੀ ਪੀਣਾ, ਉਹਨੇ ਉਂਗਲਾਂ ਜੋੜ ਕੇ ਹੀ ਓਕ ਬਣਾਉਣਾ, ਨਹੀਂ ਤਾਂ ਪਾਣੀ ਕੋਲ ਟਿਕਣਾ ਹੀ ਨਹੀਂ। ਜਿਹਨੇ ਹੱਥ 'ਤੇ ਪ੍ਰਸ਼ਾਦਾ ਲੈ ਕੇ ਉਹਦੇ ਵਿੱਚ ਹੀ ਦਾਲ ਪਵਾਉਣੀ, ਉਹਨੇ ਹੱਥ ਨੂੰ ਵੀ ਉਨੀ ਦੇਰ ਸੰਭਾਲ ਕੇ ਰੱਖਣਾ ਕਿਤੇ ਦਾਲ ਡੁੱਲ ਨਾ ਜਾਏ। ਸੰਭਾਲਣ ਦਾ ਵੀ ਇੱਕ ਸੁਭਾਅ ਬਣਨ ਦਾ ਤਰੀਕਾ। ਤੂੰ ਅਰਜ਼ ਕਰ ਰਿਹਾ ਸਰ, ਇੱਥੇ ਵੀ ਗੁਰੂ ਸਾਹਿਬ ਨੇ ਇੱਕ ਲਫ਼ਜ਼ ਵਰਤਿਆ, ਕਹਿੰਦੇ ਨੇ ਕਰਮੇ ਅੰਮ੍ਰਿਤ ਆਣ ਨਿਸਾਰਿਓ। ਮਾਲਕ ਨੇ ਕੀ ਹੁੰਦਾ ਦੋਸ਼ ਹੈ, ਉਹਨੇ ਤਾਂ ਤੇਰੀ ਝੋਲੀ ਅੰਮ੍ਰਿਤ ਪਾਇਆ ਹੈ, ਤੇਰੇ ਹੱਥਾਂ ਵਿੱਚ ਅੰਮ੍ਰਿਤ, ਤੂੰ ਆਪਣੀਆਂ ਉਂਗਲਾਂ ਹੀ ਨਹੀਂ ਜੋੜ ਸਕਿਆ। ਕਦੀ ਦੇਖਿਓ, ਅੱਜ ਵੀ ਸਾਡੀ ਜ਼ਿੰਦਗੀ ਅੰਦਰ ਇਹੋ ਹੀ ਨਜ਼ਰ ਆਏ, ਕੌਮ ਦੀਆਂ ਉਂਗਲਾਂ ਹੀ ਨਹੀਂ ਜੁੜ ਰਹੀਆਂ, ਕੌਮ ਓਕ ਬਣ ਹੀ ਨਹੀਂ ਰਹੀ ਕਿ ਗੁਰੂ ਦੇ ਬਖਸ਼ੇ ਹੋਏ ਸੰਦੇਸ਼ ਸਿੱਖਿਆ ਗੁਣਾਂ ਨੂੰ ਅਸੀਂ ਸੰਭਾਲ ਸਕੀਏ, ਅੰਮ੍ਰਿਤ ਸਮਝ ਕੇ ਅਤੇ ਅੰਮ੍ਰਿਤ ਜੀਵਨ ਵਿੱਚ ਢਾਲ ਸਕੀਏ। ਸਾਡੀਆਂ ਉਂਗਲਾਂ ਹੀ ਨਹੀਂ ਜੁੜ ਰਹੀਆਂ ਉਹਦੀ ਸਿੱਖਿਆ ਦਾ, ਉਹਦੀਆਂ ਰਹਿਮਤਾਂ ਦਾ, ਅੰਮ੍ਰਿਤ ਖਿਸਰ ਗਏ, ਉਹ ਖਿਸਰ ਗਏ, ਉਹਦਾ ਭਾਵ ਡੁੱਲ ਗਿਆ, ਧਰਤੀ 'ਤੇ ਡੁੱਲ ਗਿਆ, ਬੇਅਰਥ ਹੋ ਰਿਹਾ। ਗੁਰੂ ਦੀ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਬਾਟੇ ਵਿੱਚ, ਖਜ਼ਾਨੇ ਵਿੱਚ ਜਦੋਂ ਸਾਨੂੰ ਮਿਲ ਰਹੀ ਹੈ, ਸਾਡੇ ਕੋਲੋਂ ਸੰਭਾਲੀ ਨਹੀਂ ਜਾ ਰਹੀ। ਅਤੇ ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਮੈਂ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ। ਹੁਣ ਅੰਮ੍ਰਿਤ ਦੇਣ ਵਾਲੇ ਨੂੰ ਦੋਸ਼ੀ ਕਹੇਗਾ, ਇਹ ਆਖੇਗਾ ਕਿ ਉਹਨੇ ਦੋਸ਼, ਇਹ ਆਖੇਗਾ ਦੋਸ਼ੀ ਉਹ ਹੈ, ਨਹੀਂ ਤੇਰੇ ਕੋਲ ਸੰਭਾਲ ਨਹੀਂ। ਗੁਰੂ ਦੋਸ਼ੀ ਨਹੀਂ, ਉਹਨੇ ਰਹਿਮਤਾਂ ਹੀ ਰਹਿਮਤਾਂ ਬਰਸਾਈਆਂ ਨੇ, ਤੂੰ ਉਹਦੀਆਂ ਰਹਿਮਤਾਂ ਨੂੰ ਸੰਭਾਲ ਨਹੀਂ ਸਕਿਆ। ਕਰਮੈ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ, ਖਿਸਰ ਗਇਓ ਭੂ ਪਰ ਡਾਰਿਓ। ਇੱਥੇ ਰੁਕਣੇ, ਹੁਣ ਪਹਿਲੀ ਤੌਰ ਤੇ ਚੱਲੋ। ਕਹਿਣ ਲੱਗੇ ਇਸ ਸਾਰੀ ਚੀਜ਼ ਦੇ ਪਿੱਛੇ ਇੱਕ ਅਵੱਗਿਆ, ਇੱਕ ਬੇਪਰਵਾਹੀ, ਇੱਕ ਦੋਸ਼ ਤੇਰਾ ਖੜਾ ਹੈ, ਇੱਕ ਤੇਰਾ ਦੋਸ਼, ਉਹ ਇੱਕੋ ਹੀ ਦੋਸ਼ ਹੈ ਜਿਹਦੇ ਤੋਂ ਸਾਰੀਆਂ ਗਲਤੀਆਂ ਹੋ ਰਹੀਆਂ ਨੇ। ਮੈਂ ਪਿੱਛੇ ਜਾਣਾ ਚਾਹੁੰਦਾ, ਉਹ ਇੱਕੋ ਦੋਸ਼ ਹੈ ਜਿਹਦੇ ਤੋਂ ਬਾਕੀ ਸਾਰੀਆਂ ਗਲਤੀਆਂ, ਹੱਥੀਂ ਆਇਆ ਹੋਇਆ ਅੰਮ੍ਰਿਤ ਵੀ ਡੁੱਲ ਰਿਹਾ ਹੈ, ਹੱਥੀਂ ਆਇਆ ਹੋਇਆ ਖਜ਼ਾਨਾ ਵੀ ਬੇਅਰਥ ਹੋ ਰਿਹਾ ਹੈ, ਤੈਨੂੰ ਜੀਵਨ ਵਿੱਚ ਮਿਲਿਆ ਹੋਇਆ ਇਹ ਮਨੁੱਖਾ ਜੀਵਨ ਵੀ ਬੇਅਰਥ ਹੋ ਰਿਹਾ ਹੈ, ਤੇਰੀ ਝੋਲੀ ਖੁਸ਼ੀਆਂ ਦੀ ਥਾਵੇਂ ਦਿਨ ਰਾਤ ਦੀ ਸ਼ੰਕਾ ਚਿੰਤਾ ਫਿਕਰ ਪਏ ਹੋਏ ਨੇ। ਉਹਦਾ ਕਾਰਨ ਇੱਕ ਹੈ, ਉਹ ਇੱਕ ਚੀਜ਼ ਸਮਝਣੀ। ਸ਼ਬਦ ਦਾ ਆਰੰਭ ਉੱਥੋਂ, ਕਹਿੰਦੇ ਨੇ ਇਹ ਵੀ ਠੀਕ ਹੈ ਕਿ ਕਰਮੈ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ ਭੂਮ ਪਰ ਡਾਰਿਓ, ਇਹਦਾ ਮੁੱਖ ਕਾਰਨ ਕੀ ਹੈ? ਸਤਿਗੁਰੂ ਨੇ ਆਖਿਆ, ਕਹਿਣ ਲੱਗੀ
ਸੋਏ ਰਹੀ ਸੋਏ ਰਹੀ ਪ੍ਰਭ ਖਬਰ ਨ ਜਾਣੀ ਸੌ ਗਈ ਪ੍ਰਭੂ ਸੀ ਜਾਗਰਤੀ ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹਰ ਗੱਲ ਦਾ ਜਵਾਬ ਦਿੱਤਾ ਹੈ ਤਨ ਸੂਤੀ ਫਿਰ ਸਦ ਜਾਗਰਤਾ ਗੁਰਬਾਣੀ ਹੈ ਜੀਵਾਤਮਾ ਸੌ ਜਾਂਦੀ ਹੈ ਕਈ ਵਾਰ ਉਹ ਬਹੁਤਿਆਂ ਦੀ ਸੌ ਜਾਂਦੀ ਹੈ ਅੱਜ ਤੇ ਨਜ਼ਰ ਆਉਂਦਾ ਜਿਵੇਂ ਸਾਰੇ ਸੰਸਾਰ ਦੀ ਆਤਮਾ ਸੁੱਤੀ ਪਈ ਹੈ ਸਾਰੀ ਕੌਮ ਦੀ ਆਤਮਾ ਸੁੱਤੀ ਪਈ ਹੈ ਪਰ ਗੁਰੂ ਕਹਿਣ ਲੱਗੇ ਪਿਰ ਨਹੀਂ ਸੌਂਦਾ ਮਾਲਕ ਨਹੀਂ ਸੌਂਦਾ ਉਹ ਜਾਗਦਾ ਹੈ ਉਹ ਜਾਗਰਤੀ ਹੈ ਤਨ ਸੂਤੀ ਫਿਰ ਸਦ ਜਾਗਰਤਾ ਅਗਲੇ ਪਾਸੇ ਇੱਕ ਲਫ਼ਜ਼ ਕਹਿਤੇ ਕਹਿ ਮਾਲਕ ਹੀ ਜਗਾ ਲਵੇ ਮਾਲਕ ਹੀ ਜਗਾ ਲਵੇ ਚਲੋ ਆਤਮਾ ਭਲਾ ਸੌਂ ਗਈ ਪਰਮਾਤਮਾ ਹੀ ਜਗਾ ਲਵੇ ਜੇ ਉਹ ਤਾਂ ਜਾਗਦਾ ਹੈ ਨਾ ਲਫ਼ਜ਼ ਕਿੱਡੀ ਗਹਿਰਾਈ ਨਾਲ ਕਹਿਣ ਲੱਗੇ ਕਾਰਨ ਕੀ ਹੈ ਜੇ ਕੋਈ ਆਮ ਆਦਮੀ ਸੁੱਤਾ ਹੋਵੇ ਤਾਂ ਉਹਨੂੰ ਜਗਾਇਆ ਜਾ ਸਕਦਾ ਆਹਟ ਨਾਲ ਆਵਾਜ਼ ਦੇਣ ਨਾਲ ਜਗਾਇਆ ਜਾ ਸਕਦਾ ਪਰ ਜੇ ਕੋਈ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਬੇਹੋਸ਼ ਸੁੱਤਾ ਹੋਵੇ ਤੇ ਉਹਨੂੰ ਤਾਂ ਤੁਸੀਂ ਆਵਾਜ਼ਾਂ ਵੀ ਮਾਰੀ ਜਾਓ ਜਗਦਾ ਹੀ ਨਹੀਂ ਗੁਰਬਾਣੀ ਨੇ ਲਫ਼ਜ਼ ਵਰਤੇ ਨੇ ਇਸ ਲਈ ਵੀ ਕਵੀਰ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜੇ ਭੇਤ ਖੁੱਲਦੇ ਕਹਿਣ ਲੱਗੇ ਧਨ ਸੂਤੀ ਫਿਰ ਸਦ ਜਾਗੰਤਾ ਅਗਲੇ ਪਾਸੇ ਲਫ਼ਜ਼ ਆਖਦੇ ਨੇ ਧਨ ਜਾਗੇ ਜੇ ਫਿਰ ਬੋਲਨਤਾ ਜੇ ਫਿਰ ਆਵਾਜ਼ ਦੇਵੇ ਤੇ ਧਨ ਜਾਗ ਸਕਦੀ ਹੈ ਪਰ ਕਰੀਏ ਕੀ ਕਹਿਣ ਲੱਗੇ ਪੀਓ ਮਦਰੋ ਧਨ ਮਤਵੰਤਾ ਉਹ ਤੇ ਸ਼ਰਾਬ ਪੀ ਕੇ ਸੁੱਤੀ ਪਈ ਹੈ ਕਿੰਨੀ ਸਪਸ਼ਟ ਹੈ ਵਿਕਾਰਾਂ ਦੀ ਨਸ਼ੇ ਵਿੱਚ ਸੁੱਤੀ ਪਈ ਹੈ ਹੰਕਾਰ ਦੇ ਨਸ਼ੇ ਵਿੱਚ ਸੁੱਤੀ ਪਈ ਹੈ ਹੁਣ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਆਵਾਜ਼ਾਂ ਦੇ ਰਿਹਾ ਉਹ ਜਾਗਦੀ ਨਹੀਂ ਹੁਣ ਕੀ ਦੋਸ਼ ਦਿਓਗੇ ਪਿਰ ਨੂੰ ਮੈਂ ਇਸ ਵਿਸ਼ੇ ਤੇ ਅੱਗੇ ਜਾਣਾ ਚਾਹੁੰਦਾ ਸੀ ਵੀ ਰਾਤ ਨੇ ਕਿਉਂ ਤਾਂ ਸਤਿਗੁਰੂ ਨੇ ਆਖਿਆ ਜਾ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਕਹਿਣ ਲੱਗੇ ਪੀਓ ਮਦਰੋ ਧਨ ਮਤਵੰਤਾ ਉਹ ਤਾਂ ਸ਼ਰਾਬ ਪੀ ਕੇ ਸੁੱਤੀ ਪਈ ਹੈ ਉਹ ਤਾਂ ਨਸ਼ੇ ਵਿੱਚ ਸੁੱਤੀ ਪਈ ਗੁਰੂ ਆਵਾਜ਼ਾਂ ਦੇ ਰਿਹਾ ਜਾਗ ਜਾਗ ਰੇ ਮਨ ਜਾਗਣ ਹਾਰੇ ਗੁਰੂ ਆਵਾਜ਼ਾਂ ਦੇ ਰਿਹਾ ਕਿਉਂ ਨਹੀਂ ਜਾਗਦਾ ਕਿਆ ਤੂੰ ਸੋਇਆ ਜਾਗ ਇਹ ਆਣਾ ਤੈਂ ਜੀਵਨ ਜਗ ਸੱਚ ਕਰ ਜਾਣਾ ਗੁਰੂ ਤਾਂ ਆਵਾਜ਼ਾਂ ਦੇ ਰਿਹਾ ਤੂੰ ਜਾਗਦਾ ਹੀ ਨਹੀਂ ਤੇ ਜਾਗਦਾ ਕਿਉਂ ਨਹੀਂ ਕਿਉਂਕਿ ਵਿਕਾਰਾਂ ਦੇ ਨਸ਼ੇ ਵਿੱਚ ਮਸਤ ਹੋ ਕੇ ਸੁੱਤੀ ਹੋਈ ਹੈ ਆਤਮਾ ਪੀਓ ਮਦਰੋ ਧਨ ਮਤਵੰਤਾ ਆ ਕਾਰਨ ਹੈ ਕਹਿਣ ਲੱਗੇ ਸੋਏ ਰਹੀ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਸਾਰੀ ਰਾਤ ਸੁਪਨੇ ਹੀ ਲੈਂਦੀ ਰਹੀ ਲੋ ਇੱਥੇ ਰੁਕਣਾ ਚਾਹੁੰਦਾ ਮੈਂ ਇੱਕ ਵਾਰਸ ਕੀਤੀ ਸੀ ਨੀਂਦ ਵਿੱਚ ਕੀ ਹੁੰਦਾ ਸੁਪਨਾ ਨੀਂਦ ਵਿੱਚ ਮਨੁੱਖ ਹੋਰ ਤਾਂ ਕੁਝ ਕਰ ਨਹੀਂ ਸਕਦਾ ਸੁਪਨੇ ਹੀ ਲੈ ਸਕਦਾ ਪਰ ਇੱਕ ਖਿਆਲ ਕਰਿਓ ਸੁਪਨੇ ਵਿੱਚ ਮਨੁੱਖ ਕੁਝ ਕਰ ਨਹੀਂ ਸਕਦਾ ਜੇ ਸੁਪਨੇ ਵਿੱਚ ਕਰਨ ਲੱਗੇ ਤੇ ਉੱਥੇ ਨੁਕਸਾਨ ਹੋ ਜਾਂਦਾ ਕਈ ਲੋਕ ਸੁਪਨੇ ਵਿੱਚ ਉੱਠ ਕੇ ਤੁਰ ਪੈਂਦੇ ਨੇ ਬੱਚੇ ਵੀ ਸੁਪਨੇ ਵਿੱਚ ਕਈ ਵਾਰੀ ਉੱਠ ਕੇ ਤੁਰ ਪੈਂਦੇ ਨੇ ਮੈਂ ਐਸੇ ਮਾਵਾਂ ਨੂੰ ਦੇਖਿਆ ਜਿਹੜੀਆਂ ਡਾਕਟਰ ਕੋਲ ਇਸ ਲਈ ਲੈ ਕੇ ਗਈਆਂ ਨੇ ਜੀ ਇਹ ਉੱਠ ਕੇ ਸੁਪਨੇ ਵਿੱਚ ਹੀ ਉੱਠ ਕੇ ਤੁਰਨ ਲੱਗ ਪੈਂਦਾ ਕਿਤੇ ਠੇਡਾ ਵੱਜ ਜਾਏਗਾ ਕਿਤੇ ਪੌੜੀਆਂ ਤੋਂ ਡਿੱਗ ਪਏਗਾ ਐਸਾ ਹੈ ਜੇ ਤੁਸੀਂ ਆਮ ਬੱਚਿਆਂ ਵਾਲੇ ਪਰਿਵਾਰ ਸਾਰੇ ਜਾਣਦੇ ਹੋ
ਕਿ ਕਈ ਵਾਰ ਬੱਚਿਆਂ ਨੂੰ ਇਹ ਤਕਲੀਫ ਹੁੰਦੀ ਹੈ, ਸੁਪਨਾ ਆਉਂਦਾ ਹੈ ਅਤੇ ਉੱਠ ਕੇ ਤੁਰ ਪੈਂਦੇ, ਪਰ ਕੀ ਉਹਨਾਂ ਦਾ ਤੁਰਨਾ ਕਿਸੇ ਦਿਸ਼ਾ ਵੱਲ ਹੁੰਦਾ ਹੈ? ਉਹਨਾਂ ਦਾ ਤੁਰਨਾ ਕਿਸੇ ਮੰਜ਼ਿਲ 'ਤੇ ਲੈ ਪੜਦਾ? ਸੁੱਤੇ ਜੋ ਤੁਰ ਪੈ ਜੀ, ਭਲਾ ਸੁਪਨੇ ਵਿੱਚ ਕੋਈ ਬੀਬੀ ਨੂੰ ਰੋਟੀ ਪਕਾਉਣ ਲਈ ਆਖੇ ਅਤੇ ਉੱਠ ਕੇ ਅੱਗ ਬਾਲ ਕੇ ਤਵੇ 'ਤੇ ਰੋਟੀ ਪਾਉਣ ਲੱਗ ਪਏ, ਉਹ ਰੋਟੀ ਪੱਕੇਗੀ? ਸੁਪਨਾ ਤੇ ਸੁਪਨੇ ਚੰਗੇ ਵੀ ਆ ਸਕਦੇ ਨੇ, ਮਾੜੇ ਵੀ ਆ ਸਕਦੇ ਨੇ। ਆਪਾਂ ਵੇਖਦੇ ਹਾਂ ਜ਼ਿੰਦਗੀ ਅੰਦਰ ਸੁਪਨੇ ਚੰਗੇ ਵੀ ਆਉਂਦੇ ਨੇ, ਮਾੜੇ ਵੀ ਆਉਂਦੇ ਨੇ। ਇੱਕ ਖਿਆਲ ਕਰਿਓ, ਇਸੇ ਤਰ੍ਹਾਂ ਅਗਿਆਨਤਾ ਦੀ ਨੀਂਦ ਵਿੱਚ ਮਨੁੱਖ ਨੂੰ ਸੰਸਾਰਿਕ ਸੁਪਨੇ, ਵਿਕਾਰਾਂ ਦੇ ਸੁਪਨੇ ਵੀ ਆਉਂਦੇ ਨੇ, ਅਤੇ ਇਸ ਅਗਿਆਨਤਾ ਦੀ ਨੀਂਦ ਵਿੱਚ ਮਨੁੱਖ ਨੂੰ ਧਰਮ ਦੇ ਸੁਪਨੇ ਵੀ ਆਉਂਦੇ ਨੇ। ਧਰਮ ਦੇ ਸੁਪਨੇ, ਨੀਂਦ ਵਿੱਚ ਧਰਮ ਕਰਨਾ, ਪਤਾ ਕੁਝ ਨਾ ਹੋਣਾ ਕਰਨਾ ਕੀ ਹੈ, ਨੀਂਦ ਵਿੱਚ ਕਰਮ ਕਰਨਾ, ਉਹਨੂੰ ਕਹਿੰਦੇ ਨੇ ਕਰਮ ਕਾਂਡ। ਧਰਮ ਪਰਮ ਕਦੋਂ ਬਣਦਾ? ਜਦੋਂ ਨੀਂਦ ਵਿੱਚ ਕੀਤਾ ਜਾਏ। ਉਹ ਬਹੁਤ ਕੁਝ ਧਰਮ ਦਾ ਰਿਹਾ, ਰਾਤ ਵੀ ਲਫ਼ਜ਼ ਇਸ ਹਨ, ਧਰਮ ਦਾ ਬਹੁਤ ਕੁਝ ਹੋ ਰਿਹਾ, ਲੇਕਿਨ ਹੋ ਰਿਹਾ ਅਗਿਆਨਤਾ ਦੀ ਨੀਂਦ ਵਿੱਚ। ਮਨੁੱਖ ਨੂੰ ਚੰਗਾ ਸੁਪਨਾ ਆਇਆ, ਐਸੀ ਗੱਲ ਨਹੀਂ, ਸੁਪਨਾ ਹੈ। ਕਿਸੇ ਦਾ ਦਿਲ ਕੀਤਾ ਮੈਂ ਧਰਮੀ ਹੋਵਾਂ, ਕਿਵੇਂ ਹੋਵਾਂ ਜੀ, ਅਖੰਡ ਪਾਠ ਕਰਾ, ਫਲਾਣੇ ਸ਼ਹਿਰ ਵਿੱਚ ਫਲਾਣੇ ਤੀਰਥ 'ਤੇ ਜਾ ਕੇ ਕਰਾ। ਹੁਣ ਕਰਾ ਤਾਂ ਇਸੇ ਲਈ ਰਿਹਾ ਨਾ, ਮੈਂ ਧਰਮੀ ਹੋਵਾਂ, ਚੰਗਾ ਸੁਪਨਾ, ਕਿਉਂਕਿ ਸੁਪਨੇ ਨੇ ਤਾਂ ਗਿਣ ਮਿਥ ਕੇ ਆਉਣਾ ਹੀ ਨਹੀਂ, ਨੀਂਦ। ਹੁਣ ਅਗਿਆਨਤਾ ਦੀ ਨੀਂਦ ਵਿੱਚ ਕਿਸੇ ਨੇ ਆਖ ਦਿੱਤਾ ਫਲਾਣੇ ਡੇਰੇ ਜਾ, ਉੱਥੋਂ ਨਾਮ ਲੈ, ਮੈਨੂੰ ਕੁਦਰ ਤੁਰ ਪਿਆ, ਪਰ ਹੈ ਅਗਿਆਨਤਾ ਦੀ ਨੀਂਦ, ਅਤੇ ਉਸ ਨੀਂਦ ਵਿੱਚ ਸੁਪਨਾ ਲੈ ਲਿਆ ਧਰਮ ਦਾ। ਨੀਂਦ ਵਿੱਚ ਚੰਗੇ ਸੁਪਨੇ ਵੀ ਆਉਂਦੇ ਨੇ, ਪਰ ਬੇਅਰਥ ਹੁੰਦੇ ਨੇ, ਬੇਅਰਥ ਹੁੰਦੇ। ਸਤਿਗੁਰੂ ਨੇ ਤਾਂ ਬਾਣੀ ਵਿੱਚ ਇੱਥੋਂ ਤੋਂ ਕਹਿ ਦਿੱਤਾ, ਕਹਿਣ ਲੱਗੇ ਜੇ ਸੁਪਨੇ ਵਿੱਚ ਰੱਬ ਵੀ ਮਿਲ ਜਾਏ ਤਾਂ ਸਮਝੀ ਬੇਅਰਥ ਹੈ। ਸਤਿਗੁਰੂ ਨੇ ਕਹਿ ਦਿੱਤਾ ਬਾਣੀ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਰੱਬ ਮੈਨੂੰ ਸੁਪਨੇ ਵਿੱਚ ਆਇਆ, ਮੇਰਾ ਪ੍ਰੀਤਮ ਮੈਨੂੰ ਸੁਪਨੇ ਵਿੱਚ ਆਇਆ ਅਤੇ ਆ ਕੇ ਚਲਾ ਗਿਆ, ਮੈਨੂੰ ਤਾਂ ਕੋਈ ਸੁੱਖ ਨਾ ਹੋਇਆ। ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ, ਮੈਂ ਤਾਂ ਰੋਂਦੀ ਰਹਿ ਗਈ, ਨਾ ਮੈਂ ਮੇਰੇ ਕੋਲ ਕੋਈ ਐਡਰੈਸ ਆਇਆ ਜੋ ਸੁਪਨੇ ਵਿੱਚ, ਮੈਂ ਐਡਰੈਸ ਕੀ ਮੰਗਦੀ, ਆਏ ਨਾ ਸਿੱਕਾਂ ਤੁਰਕਣ ਪਿਆਰੇ, ਭੇਜ ਨਾ ਸਿੱਕਾਂ ਕੋਈ, ਸੁਪਨੇ ਆਇਆ। ਇਸ ਲਈ ਇੱਕ ਖਿਆਲ ਕਰਿਓ, ਅਗਿਆਨਤਾ ਦੀ ਨੀਂਦ ਵਿੱਚ ਧਰਮ ਦਾ ਸੁਪਨਾ ਵੀ ਬੇਅਰਥ ਹੈ। ਅੱਜ ਦਾ ਯੁੱਗ ਕੀ ਹੈ, ਅੱਜ ਅਸੀਂ ਕੀ ਦੇਖ ਰਹੇ ਹਾਂ, ਧਰਮੀ ਦੁਨੀਆ ਬਹੁਤ ਹੈ, ਧਰਮ ਦਾ ਸੁਪਨਾ ਹਰ ਕੋਈ ਲੈ ਰਿਹਾ ਹੈ, ਅਗਿਆਨਤਾ ਦੀ ਨੀਂਦ। ਚੰਗੇ ਸੁਪਨੇ ਲੱਗਦੇ ਨੇ ਲੋਕ, ਫਲਾਣਾ ਆਦਮੀ ਧਰਮ ਕਰਮ ਕਰਦਾ ਜੀ, ਬਾਖਰ ਤਾਂ ਧਰਮ ਹੈ, ਜੇ ਉਹਨੂੰ ਕੋਈ ਜਾਗਰਤੀ ਵੀ ਆ ਜਾਂਦੀ ਹੈ ਨਾ, ਤਾਂ ਦੂਜੇ ਆਖਦੇ ਨੇ ਕਿਉਂ ਦੀ ਆਲੋਚਨਾ ਕਰ, ਆਖਰ ਤੇ ਉਹ ਚੰਗਾ ਕੰਮ ਹੀ ਕਰ ਰਿਹਾ ਨਾ, ਉਹ ਭਲਿਆ ਸੁਪਨੇ ਵਿੱਚ ਕਰ ਰਿਹਾ, ਨੀਂਦ ਵਿੱਚ ਉੱਠ ਕੇ ਤੁਰ ਪਿਆ, ਡਿੱਗ ਪਏਗਾ, ਜ਼ਖਮੀ ਹੋ ਜਾਏਗਾ, ਘਰ ਦੇ ਕੋਈ ਬਰਤਨ ਤੋੜ ਪਏ, ਨੀਂਦ ਵਿੱਚ ਹੈ, ਤੁਰ ਤਾਂ ਪਿਆ, ਪਰ ਦਿਸ਼ਾ ਕੋਈ ਨਹੀਂ। ਇਸ ਲਈ ਇੱਕ ਖਿਆਲ ਕਰਿਓ, ਅਗਿਆਨਤਾ ਦੀ ਨੀਂਦ ਵਿੱਚ ਧਰਮ ਵੀ ਨਹੀਂ ਕਰਨਾ, ਗੁਰੂ ਕੋਲੋਂ ਸਮਝ ਕੇ ਕਰਨਾ। ਇਸੇ ਲਈ ਗੁਰੂ ਨੇ ਬਾਰ ਬਾਰ ਆਖਿਆ, ਜੋ ਕੰਮ ਧਰਮ ਦਾ ਵੀ ਕਰੇ ਉਹ ਗੁਰੂ ਕੋਲੋਂ ਪੁੱਛ ਕੇ ਕਰੇ, ਆ ਕਰਾਂ ਕਿ ਨਾ ਕਰਾਂ, ਤੇ ਨਹੀਂ ਤਾਂ ਫਿਰ ਦੋਸ਼ ਨਾ ਦੇਈ, ਫਿਰ ਤੂੰ ਆਖੇਂਗਾ ਮੈਂ ਤੇ ਧਰਮ ਕਰਮ ਕਰਨਾ, ਮੇਰਾ ਇਹ ਕਿਉਂ ਨਹੀਂ ਪ੍ਰਵਾਨ ਹੋਇਆ, ਮੈਂ ਤੇ ਧਰਮ ਕਰਮ ਕਰਨਾ, ਮੇਰੀ ਇਹ ਅਰਦਾਸ ਕਿਉਂ ਨਹੀਂ ਮੰਨੀ ਗਈ, ਮੈਂ ਤੇ ਇੰਨੇ ਪਾਠ ਰੋਜ਼ ਦੇ ਕਰਨਾ, ਮੇਰੀ ਅਰਦਾਸ ਕਿਉਂ ਨਹੀਂ ਸੁਣਦਾ। ਕਹਿੰਦੇ ਆ ਨਾ, ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਗੱਲ ਹੈ। ਲਓ ਜੀ,
ਫਲਾਣੇ ਤੇ ਦੁੱਖ ਕਿਉਂ ਆਏ, ਉਹ ਤਾਂ ਇਹਨਾਂ ਨਿਤਨੇਮ ਹੀ ਹੈ ਕਹਿੰਦੇ ਆ, ਪਰ ਉਹਦੇ ਕੋਲੋਂ ਕੋਈ ਪੁੱਛੇ ਵੀ ਜੋ ਕੁਝ ਨਿਤਨੇਮ ਵਿੱਚ ਗੁਰੂ ਨੇ ਆਖਿਆ ਉਹਨੂੰ ਉਹਨੇ ਸਮਝ ਲਿਆ? ਕਿਤੇ ਨੀਂਦ ਵਿੱਚ ਤਾਂ ਧਰਮ ਨਹੀਂ ਕਰ ਰਿਹਾ? ਇੱਕ ਚੰਗਾ ਸੁਪਨਾ ਹੈ ਧਰਮ, ਮਾੜਾ ਨਹੀਂ, ਕਿਉਂਕਿ ਸੁਪਨੇ ਚੰਗੇ ਵੀ ਆਉਂਦੇ ਨੇ, ਮਾੜੇ ਵੀ ਆਉਂਦੇ ਨੇ। ਗੁਨਾਹਗਾਰ ਲੋਕ ਗੁਨਾਹ ਕਰਦੇ ਨੇ ਅਗਿਆਨਤਾ ਵਿੱਚ, ਅਤੇ ਧਰਮੀ ਲੋਕ ਜਿਹੜੇ ਨੇ ਧਰਮ ਕਰਦੇ ਨੇ ਉਹ ਵੀ ਅਗਿਆਨਤਾ ਵਿੱਚ। ਜਦੋਂ ਉਹ ਅਗਿਆਨਤਾ ਵਿੱਚ ਧਰਮ ਕਰਦੇ ਨੇ, ਗੁਰੂ ਆਵਾਜ਼ ਦਿੰਦਾ ਹੈ ਅਤੇ ਆਖਦਾ ਹੈ ਕਿ ਅਗਿਆਨਤਾ ਵਿੱਚ ਕੀਤੇ ਹੋਏ ਪੁੰਨ ਵੀ ਪੁੰਨ ਨਹੀਂ ਹੁੰਦੇ। ਸਤਿਗੁਰੂ ਕਹਿੰਦੇ ਅਗਿਆਨ ਪੂਜਾ ਅੰਧ ਵਰਤਾਵਾ, ਅੰਧ ਵਰਤਾਵਾ। ਜਿਹੜੀ ਅਗਿਆਨਤਾ ਵਿੱਚ ਪੂਜਾ ਕਰਨੀ ਹੈ ਨਾ, ਉਹ ਅੰਧ ਵਰਤਾਵਾ ਪਾਓ ਦੂਜਾ। ਇਸ ਲਈ ਧਰਮ ਕਰਨ ਦੇ ਸਮੇਂ ਅੰਦਰ ਮੈਂ ਦੇਖ ਰਿਹਾ ਅੱਜ ਦੀ ਦੁਨੀਆ ਧਰਮੀ ਹੈ, ਬਣਨਾ ਵੀ ਚਾਹੁੰਦੀ ਹੈ, ਐਸੀ ਗੱਲ ਕੋਈ ਨਹੀਂ। ਆ ਗੁਰੂ ਨੇ ਕਿਉਂ ਕਹਿ ਦਿੱਤਾ? ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਭੋਰ ਭਇਆ ਬਾਹਰ ਪਛਤਾਨੀ। ਜਦੋਂ ਦਿਨ ਚੜ ਗਿਆ, ਸਾਰੀ ਰਾਤ ਸੁਪਨੇ ਵਿੱਚ ਹੀ ਬੀਤ ਗਈ, ਭਾਵੇਂ ਚੰਗੇ ਸਨ ਭਾਵੇਂ ਮੰਦੇ ਸਨ, ਜਦੋਂ ਦਿਨ ਚੜ ਗਿਆ ਉਦੋਂ ਪਛਤਾਵਾ ਹੋਇਆ, ਉਹ ਜੋ ਕੁਝ ਕੀਤਾ ਰਾਤ ਸੁਪਨੇ ਵਿੱਚ ਕੀਤਾ ਉਹ ਤੇ ਬੇਅਰਥ ਚਲਾ ਗਿਆ, ਹੁਣ ਮੇਰੇ ਕੋਲ ਕੁਝ ਵੀ ਨਹੀਂ। ਪਰ ਅਗਲੇ ਪਾਸੇ ਇੱਕ ਲਫ਼ਜ਼ ਸਮਝਿਆ, ਕਹਿਣ ਲੱਗੇ ਪਿਆ ਪ੍ਰੇਮ ਸਹਿਜ ਮਨ ਆਨੰਦ ਧਾਰੋ ਰਹੀ। ਤੂੰ ਇਸ ਗੱਲ ਲਈ ਮਨ ਵਿੱਚ ਖੁਸ਼ ਹੈ ਕਿ ਮੈਂ ਪ੍ਰਿਆ ਦੇ ਪ੍ਰਭੂ ਦੇ ਪ੍ਰੇਮ ਵਿੱਚ ਹੁਣ ਤੱਕ ਜੋ ਕੁਝ ਧਰਮ ਕਰਮ ਕੀਤੇ ਨੇ, ਪ੍ਰਿਆ ਪ੍ਰੇਮ ਸਹਿਜ ਮਨ ਅਣੁ ਧਰੋਰੀ। ਪਰ ਪਤਾ ਹੀ ਪ੍ਰਭ ਮਿਲਵੇ ਕੀ ਲਾਲਸਾ ਤਾਂ ਤੇ ਆਲਸ ਕਾਂ ਕਰੋਰੀ। ਆਲਸ ਨੀਂਦ, ਜੇ ਪ੍ਰਭੂ ਦੇ ਮਿਲਣ ਦੀ ਤੈਨੂੰ ਲਾਲਸਾ ਹੈ ਤੇ ਕੰਮ ਕਰਨਾ ਚਾਹੁੰਦਾ ਤੇ ਜਾਗਰਤੀ ਵਿੱਚ ਕਰਨਾ ਪਏਗਾ, ਆਲਸ ਵਿੱਚ ਨਹੀਂ। ਨੀਂਦ ਦਾ ਪਹਿਲਾ ਪ੍ਰਭਾਵ ਹੈ ਆਲਸ, ਆਰੰਭ ਹੁੰਦਾ ਹੈ ਨੀਂਦ ਦਾ ਆਲਸ ਤੋਂ। ਤੇ ਜਦੋਂ ਆਲਸ ਪੈਣਾ ਸ਼ੁਰੂ ਹੋ ਜਾ, ਲੋਕ ਕੰਮ ਛੱਡ ਦਿੰਦੇ ਨੇ, ਪੜ੍ਹਨ ਵਾਲੇ ਕਿਤਾਬਾਂ ਸਮੇਟ ਦਿੰਦੇ ਨੇ ਵੀ ਹੁਣ ਨੀਂਦ ਆਉਣ ਲੱਗ ਪਈ, ਉਹਨਾਂ ਨੂੰ ਪਤਾ ਹੁਣ ਪੜ੍ਹਿਆ ਕਿਸੇ ਕੰਮ ਨਹੀਂ, ਲਿਖਣ ਵਾਲੇ ਲਿਖਣਾ ਛੱਡ ਦਿੰਦੇ ਨੇ। ਜਿੰਨੀ ਜਦੋਂ ਆਲਸ ਪੈਣ ਲੱਗ ਪੈਂਦਾ ਨਾ, ਨੀਂਦ ਆਉਣ ਲੱਗ ਪੈਂਦੀ ਹੈ, ਉਹ ਪਹਿਲੀ ਆਵਾਜ਼ ਦਿੰਦੀ ਹੈ ਅਤੇ ਡਰਾਈਵ ਕਰਨ ਵਾਲੇ ਡਰਾਈਵਰ ਜਿਹੜੇ ਨੇ ਉਹ ਟਰੱਕ ਸਾਈਡ 'ਤੇ ਲਾ ਦਿੰਦੇ, ਨਹੀਂ ਹੁਣ ਨੀਂਦ ਆਉਣ ਲੱਗ ਪਈ, ਕੋਈ ਐਕਸੀਡੈਂਟ ਹੋ ਗਿਆ। ਹੈਂ, ਡਰਾਈਵ ਤੂੰ ਕਰਦਾ ਆ ਰਿਹਾ, ਡਰਾਈਵ ਤੂੰ ਰੋਜ਼ ਦਾ ਕਰਨ ਵਾਲਾ ਹੈ, ਤੂੰ ਆਪਣੇ ਆਪ ਨੂੰ ਡਰਾਈਵਰ ਰਖਵਾਉਣਾ ਅਤੇ ਇਹ ਕਹਿੰਦਾ ਕੋਈ ਐਕਸੀਡੈਂਟ ਹੋ ਜਾਏਗਾ, ਮੈਂ ਡਰਾਈਵ ਨਾ ਕਰਾਂ। ਕਿਉਂ? ਕਿਉਂਕਿ ਆਲਸ ਆ ਗਿਆ, ਨੀਂਦ ਨੇ ਆ ਕੇ ਆਵਾਜ਼ ਦਿੱਤੀ, ਨੀਂਦ ਨੇ ਨੌਕ ਕਰ ਦਿੱਤੀ ਵੀ ਮੈਂ ਆ ਰਹੀ ਹਾਂ। ਨੀਂਦ ਇਸ ਲਈ ਤੇਰੇ ਕੰਮਾਂ ਨੂੰ ਅਸਫਲ ਕਰਦੀ ਹੈ, ਤੇਰੇ ਲਈ ਖਤਰਾ ਪੈਦਾ ਕਰਦੀ ਹੈ। ਨੀਂਦ ਕੀ ਹੈ? ਅਗਿਆਨਤਾ, ਬੇਸਮਝ। ਇਸ ਲਈ ਗੁਰਬਾਣੀ ਅੰਦਰ ਨੀਂਦ ਨੂੰ ਆਪਣੀ ਰਸਾਂ ਤੋਂ ਆਖਿਆ ਹੈ ਕਿ ਸਰਵਨ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਇੱਥੇ ਨੀਂਦ ਦਾ ਕੋਈ ਕੰਮ ਨਹੀਂ, ਕਿਉਂਕਿ ਨੀਂਦ ਵਿੱਚ ਸੁਪਨੇ ਜਿਹੜੇ ਨੇ ਉਹ ਧਰਮ ਨੂੰ ਵੀ ਧਰਮ ਨਹੀਂ ਛੱਡਦੇ। ਅੱਜ ਬੜਾ ਧਰਮ ਹੋ ਰਿਹਾ ਹੈ, ਤੀਰਥਾਂ ਦੀ ਯਾਤਰਾ ਹੋ ਰਹੀ ਹੈ, ਤੁਸੀਂ ਦੇਖੋ ਅਖੰਡ ਕੀਰਤਨ ਚੱਲ ਰਹੇ ਨੇ ਇੱਥੇ। ਬਸ ਨਹੀਂ, ਰੋਜ਼ ਕਰੋੜਾਂ ਰੁਪਇਆ ਖਰਚ ਕਰਕੇ ਅਸੀਂ ਨਵੇਂ ਤੋਂ ਨਵੇਂ ਢੰਗ ਨਾਲ ਧਰਮ ਕਰਮ ਕਰਨੇ ਹਾਂ, ਪਰ ਨਗਰ ਕੀਰਤਨਾਂ 'ਤੇ ਕਰੋੜਾਂ ਰੁਪਏ ਲੱਗ ਰਹੇ ਨੇ। ਪਰ ਉਹਨਾਂ ਕੋਲ ਪੁੱਛੋ ਵੀ ਇਹਦੀ ਪ੍ਰਾਪਤੀ ਕੀ ਹੈ, ਕਿਉਂਕਿ ਸੁਪਨਾ ਹੈ, ਅਸੀਂ ਧਰਮ ਦਾ ਸੁਪਨਾ ਲੈ ਰਹੇ ਹਾਂ। ਅਤੇ ਸੁਪਨੇ ਵਿੱਚ ਕਦੀ ਮਨੁੱਖ ਇਹ ਨਹੀਂ ਸੋਚ ਸਕਦਾ ਮੈਨੂੰ ਮਿਲਿਆ ਕੀ ਹੈ, ਧਰਮ ਦੇ ਸੁਪਨੇ ਵਿੱਚ ਵੀ ਆ। ਮਾੜਾ ਸੁਪਨਾ ਮਾੜਾ ਨਹੀਂ, ਪਰ ਅਗਿਆਨਤਾ ਵਿੱਚ ਹੈ, ਨੀਂਦ ਵਿੱਚ ਹੈ। ਅਤੇ ਕਹਿਣ ਲੱਗੇ ਬਸ ਇਹੋ ਤੇਰੇ ਜੀਵਨ ਦੀ ਨਿਸ਼ਾਨੀ ਹੈ, ਕਿਉਂਕਿ ਤੂੰ ਧਰਮ ਦਾ ਸੁਪਨਾ ਲੈ ਰਿਹਾ ਅਤੇ ਲੈ ਰਿਹਾ ਹੈ ਅਗਿਆਨਤਾ ਵਿੱਚ, ਅਤੇ ਉਹ ਅਗਿਆਨਤਾ ਵਿੱਚ ਕੀਤਾ ਹੋਇਆ ਧਰਮ ਇਉਂ ਹੀ ਹੈ ਜਿਵੇਂ ਤੇਰੇ ਹੱਥਾਂ ਵਿੱਚ ਅੰਮ੍ਰਿਤ ਪਾ ਦਿੱਤਾ ਜਾਏ। ਪਰ
ਖਿਸਰ ਗਏ ਹੋ, ਤੇਰੇ ਕੰਮ ਨਹੀਂ ਆ ਰਿਹਾ, ਖਿਸਰ ਗਏ ਹੋ, ਭੂਮ ਪਰਦਾ ਉਹ ਤੇਰੇ ਕੰਮ ਨਹੀਂ ਆ ਰਿਹਾ। ਸਤਿਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਜੇ ਉਹ ਅੰਮ੍ਰਿਤ ਖਿਸਰ ਜਾਏ, ਜੇ ਉਹ ਧਰਮ ਦੇ ਕੀਤੇ ਹੋਏ ਕੰਮ ਅਜੇ ਅੱਗੇ ਤੈਨੂੰ ਕੋਈ ਰਿਜ਼ਲਟ ਨਾ ਦੇਣ, ਸਦੀਆਂ ਦੇ ਬਾਅਦ ਤੇ ਤਿੰਨ ਤੋਂ ਰਾਤ ਵੀ ਮੈਂ ਕੀਤੀ ਸੀ, 500 ਸਾਲ ਗੁਜ਼ਰ ਗਏ ਨੇ ਗੁਰੂ ਨੂੰ ਸਮਝਾਉਂਦੇ ਹਾਂ, ਸਾਨੂੰ ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਛਕਦੇ ਹਾਂ, ਅਜੇ ਤੱਕ ਸਾਡੇ ਜੀਵਨ ਵਿੱਚ ਕੋਈ ਅੰਤਰ ਨਹੀਂ। ਜਦੋਂ ਸਮਝੇ ਨਾ ਕੋਈ ਫਰਕ ਨਹੀਂ ਪਿਆ, ਫਿਰ ਸਮਝ ਲਈ ਮੈਂ ਅਗਿਆਨਤਾ ਦੇ ਕਿਸੇ ਸੁਪਨੇ ਵਿੱਚ ਇਹ ਕੰਮ ਕੀਤਾ ਹੈ। ਤੇ ਗੁਰੂ ਨੇ ਆਖਿਆ, ਕਹਿਣ ਲੱਗੇ ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਭੋਰ ਪਿਆ ਸਹਿਜ ਮਨ ਅਨੰਦ ਧਰੋਰੀ, ਪ੍ਰਭ ਮਿਲਵੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋ। ਨੀਂਦ ਨੂੰ ਨੇੜੇ ਨਾ ਆਉਣ ਦੇ, ਇੱਕੋ ਸਤਿਗੁਰ ਜਾਗਤਾ ਹੋਰ ਜਗਸੂਤਾ ਮੋਹ ਪਿਆਸ, ਕੋਈ ਜਾਗਦਾ ਹੀ ਜਗਾ ਸਕਦਾ ਹੈ। ਆ ਗੁਰੂ ਕੋਲੋਂ ਪੁੱਛ ਕੇ ਜੀਵਨ ਦੇ ਧਰਮ ਕਰਮ ਕਰ, ਨਹੀਂ ਤਾਂ ਇਹ ਧਰਮ ਕਰਮ ਵੀ ਜਿਹੜੇ ਨੇ ਕਰਮ ਕਾਂਡ ਬਣ ਜਾਣਗੇ। ਪ੍ਰਭ ਮਿਲਵੇ ਕੀ ਲਾਲਸਾ ਧਰਮ ਕਰਮ ਬੜਾ ਹੋ ਰਿਹਾ ਹੈ। ਗੁਰਦੁਆਰੇ ਰਾਤ ਵੀ ਅਰਜ਼ ਕੀਤੀ, ਗੁਰਦੁਆਰੇ ਅੱਗੇ ਨਾਲੋਂ ਜ਼ਿਆਦਾ ਨੇ, ਕੀਰਤਨੀ ਜ਼ਿਆਦਾ ਨੇ, ਵਿਦਵਾਨ ਜ਼ਿਆਦਾ ਨੇ, ਲਿਟਰੇਚਰ ਧਰਮ ਦਾ ਜ਼ਿਆਦਾ ਹੈ, ਪਰ ਮਨੁੱਖ ਧਰਮ ਹੀ ਨਹੀਂ ਬਣ ਰਿਹਾ। ਪਖੰਡੀ ਧਰਮ ਦੇ ਨਾਮ ਥੱਲੇ ਪਖੰਡ ਹੋ ਰਿਹਾ ਹੈ। ਅਤੇ ਕਿਉਂ ਹੋ ਰਿਹਾ? ਕਿਉਂਕਿ ਸੁਪਨਾ ਹੈ। ਸੁਪਨੇ ਵਿੱਚ ਉਹ ਕੁਝ ਹੁੰਦਾ ਹੈ ਜੋ ਨਹੀਂ ਹੁੰਦਾ। ਸੁਪਨੇ ਦੀ ਨਿਸ਼ਾਨੀ ਇਹੋ ਹੈ, ਜੋ ਕੁਝ ਮਨੁੱਖ ਸੁਪਨੇ ਵਿੱਚ ਕਰ ਰਿਹਾ ਹੁੰਦਾ ਉਹ ਨਹੀਂ ਹੁੰਦਾ। ਜੋ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ। ਇਸ ਲਈ ਮਨੁੱਖ ਧਰਮ ਦੇ ਨਾਮ ਥੱਲੇ ਇੱਕ ਸੁਪਨਾ ਘੁਮਾ ਰਿਹਾ ਹੈ। ਜਿੰਨੀ ਦੇਰ ਗੁਰਬਾਣੀ ਦੀ ਇੱਕੋ ਸਤਿਗੁਰੂ ਜਾਗਤਾ ਦੀ ਰਹਿਮਤ ਨਾਲ ਅਸੀਂ ਜਾਗਦੇ ਨਹੀਂ, ਓਨੀ ਦੇਰ ਇਹ ਸੁਪਨਾ ਜਾਗਰਤੀ ਵਿੱਚ
नहीं आ सकता, धर्म धर्म नहीं बन सकता, सिख सिख नहीं बन सकता। ये सारा कुछ एक सुपना बन के रह गई चीज़ां ने। क्यों? क्योंकि गुरु को बख्शिश करके ज्ञान दा चानन लैके सतगुरु ने इसलिए आख्या, सतगुरु विटों वारिया जित मिलिया खसम संभालिया। अगली नेम च कहा जिन कर उपदेश ज्ञान अंजन दिया, जिहड़ा अपने उपदेश विच ज्ञान बख्शदा वह गुरु है। ते जे वो ना हो अंधेरा है, अज्ञानता है, नींद है, मन सोया माया बिस्मत, वह बन धर्म कर्म पै करे, भावे वह खंड पाठा दी लड़ियां चलावे, भावे वह नगर कीर्तन पिया कर रहे, भावे होर धर्म कर्म दे करोड़ां रुपए अरबां रुपए खर्च करी जाए, वह धर्म ही नहीं बन सकता, सुपना है। इसलिए गुरु बख्शिश करे सानू इस सुपने तो जागृति आवे, जो सानू गुरु की अगवाई विच धर्मी बनन दा उपदेश है वह सानू समझ आ जाए। इन्हां शब्दां नाल खिमांदा जा चिका फतेह बुलाओ, वाहिगुरु जी का खालसा वाहिगुरु।